ਅਗਰ ਚਾਹਤ ਦੇ ਨਾਲ ਫਤਲੀ ਲੱਗੇਗਾ ਤੇ ਇਹ ਕਿਮ ਦੀ ਨਿਸ਼ਾਨੀ ਹੈ। ਉਸਤਾਦ ਵੀ ਮੇਰੇ ਸ਼ੋਅ ਜੋ ਆਏ ਨੇ ਉਹ ਕਹਿੰਦੇ ਮੈਂ ਸੋਚ ਰਿਹਾ ਕਿ ਮੈਂ ਨਾਲ ਉਸਤਾਦ ਵੀ ਲਾਵਾਂ। ਉਸਤਾਦ ਵੇਖੋ ਨਾ ਜੀ, ਉਸਤਾਦ ਉਹ ਬੜੇ ਅੱਛੇ ਕ੍ਰਿਕਟਰ ਸਨ ਕਿਸੇ ਦੌਰ 'ਚ, ਉਹ ਮੇਰੇ ਖਿਆਲ ਸਾਡੇ ਕੋਲ ਇੰਤਕਾਮ ਲੈ ਰਹੇ, ਕ੍ਰਿਕਟ ਵਾਲਿਆਂ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਅਤੇ ਉਹਨੇ ਕਿਹਾ ਫਿਰ ਇੱਧਰੋਂ ਨਹੀਂ ਤਾਂ ਇੱਧਰੋਂ ਸਹੀ। ਸਰਦਾਰ ਕਮਾਲ ਸਾਹਿਬ ਸਾਡੇ ਨਾਲ, ਕੁਛ ਐਸੇ ਆਰਟਿਸਟ ਹੁੰਦੇ ਨੇ, ਕੁਛ ਐਸੇ ਗੈਸਟ ਆਰਟਿਸਟ ਸੈਲੀਬ੍ਰਿਟੀ ਹੁੰਦੀ ਨੇ ਕਿ ਉਹ ਜਿੱਥੇ ਬੈਠੇ ਹੋਣਾ ਤੇ ਦਿਲ ਕਰਦਾ ਇਹਨਾਂ ਨੂੰ ਸੁਣੀ ਜੀਏ। ਹਾਂਜੀ, ਸਰਦਾਰ ਸਾਹਿਬ ਸਿਰਫ ਗੱਲ ਨਹੀਂ ਕਰਦੇ, ਸਰਦਾਰ ਸਾਹਿਬ ਦੀ ਪੂਰੀ ਬਾਡੀ ਨਾਲ ਉਸ ਗੱਲ 'ਚ ਸ਼ਾਮਿਲ ਹੁੰਦੀ, ਚਾਹੇ ਇੱਥੇ ਬੈਠੇ ਵੀ ਗੱਲ ਸੁਣਾ ਰਹੇ ਨੇ। ਇਹ ਵੀ ਇੱਕ ਆਰਟਿਸਟਿਕ ਚੀਜ਼ ਹੁੰਦੀ ਹੈ ਕਿ ਜਿਸ ਤਰ੍ਹਾਂ ਦਲੀਪ ਸਾਹਿਬ ਨੇ ਨਾ, ਦਲੀਪ ਸਾਹਿਬ ਉਹਨਾਂ ਦੀ ਗੋਪੀ ਫਿਲਮ ਆ, ਹਾਂਜੀ, ਉਹਦੇ ਵਿੱਚ ਉਹਨਾਂ ਦੇ ਭਰਾ ਅਤੇ ਭਰਜਾਈ ਕਿਤੇ ਗੁਆਚ ਜਾਂਦੇ ਨੇ, ਹਾਂਜੀ, ਉਹ ਹੁਣ ਸਾਫਾ ਉਹਨਾਂ ਨੇ ਪਾਇਆ ਅਤੇ ਉਹ ਹੁਣ ਸੋਚ ਰਹੇ ਨੇ ਕਿ ਯਾਰ ਕਹਾਂ ਗਏ ਹੋਗੇ ਮੇਰੇ ਭਈਆ ਭਾਬੀ ਕੋ ਤੋ ਗਾਓ ਕੇ ਕਿਸੀ ਜਗ੍ਹਾ ਕਾ ਵੀ ਨਹੀਂ ਮਾਲੂਮ। ਇਸ ਟੈਨਸ਼ਨ 'ਚ ਉਹਨਾਂ ਦਾ ਸਿਰ ਤੋਂ ਪੈਰਾਂ ਤੱਕ ਜਿਸਮ ਉਸ ਟੈਨਸ਼ਨ ਦੇ ਵਿੱਚ, ਵਾਹ ਵਾਹ ਵਾਹ, ਇੱਥੋਂ ਪਰਨਾ ਘੁਮਾਈ ਜਾ ਰਹੇ ਨੇ, ਵੱਟ ਦੇਈ ਜਾ ਰਹੇ ਨੇ, ਥੱਲਿਓ ਇੰਝ ਕਰੀ ਜਾ ਰਹੇ ਨੇ, ਯਾਨੀ ਪੂਰੀ ਬਾਡੀ ਉਹਨਾਂ ਦੀ ਉਸ ਟੈਨਸ਼ਨ ਦੇ ਵਿੱਚ ਹੈ, ਸਿਰਫ ਡਾਇਲੋਗ ਜਾਂ ਮੂੰਹ ਨਹੀਂ। ਵਾਹ ਵਾਹ, ਕੀ ਬਾਤ। ਅਤੇ ਉਹ ਇਹ ਸਰਦਾਰ ਸਾਹਿਬ ਉਹਨਾਂ 'ਚੋਂ ਨੇ ਕਿ ਸਰਦਾਰ ਸਾਹਿਬ ਗੱਲ ਵੀ ਸੁਣਾ ਰਹੇ ਨੇ ਤਾਂ ਪੂਰੀ ਬਾਡੀ ਉਹਦੇ 'ਚ ਇਨਵੋਲਵ ਹੁੰਦੀ ਹੈ, ਸਿਰਫ ਇਹ ਨਹੀਂ ਕਿ ਵੀ ਗੱਲ ਕਰ ਦਿੱਤੀ ਅਤੇ ਬਾਕੀ ਸਾਰਾ ਪੱਥਰ ਹੀ ਆ, ਅਤੇ ਉਹ ਇਹ ਫਿਰ ਅਗਲੇ ਨੂੰ ਮੋਹ ਲੈਂਦੇ ਨੇ, ਅਗਲੇ ਨੂੰ ਫਿਰ ਮਤਲਬ ਅਗਲਾ ਬੰਦਾ ਕਹਿੰਦਾ ਯਾਰ ਮੈਂ ਸੁਣਾ ਇਹਨਾਂ ਨੂੰ। ਕੀ ਬਾਤ ਆ ਸਰਦਾਰ ਜੀ, ਜ਼ਰਾ ਰਿਵਾਇਜ਼ ਤੁਹਾਡੀ, ਉਹ ਕਹਿੰਦਾ ਸ਼ੂਟਿੰਗ ਹੋ ਰਹੀ ਸੀ ਅਤੇ ਉਹ ਫਿਲਮ 'ਚ ਜਿਹੜਾ ਮੁਜਰਾ ਦਿਖਾ ਰਹੇ ਨੇ, ਉਹ ਇੱਕ ਬੰਦਾ ਬੜਾ ਪੜ੍ਹਿਆ ਲਿਖਿਆ ਸੀ, ਪਾਗਲ ਹੋ ਗਿਆ ਤੇ ਉਹਨਾਂ ਨੂੰ ਐਵੇਂ ਤਰਸ ਖਾ ਕਰਕੇ ਯਾਰ ਤੂੰ ਵੀ ਮੁਜਰੇ 'ਚ ਬਹਿ ਜਾ, ਤੂੰ ਉਹ ਪਾਗਲ ਵੀ ਵਿੱਚ ਬੈਠਾ ਸੀ ਤਰਸ ਖਾ ਕੇ, ਹਾਂਜੀ, ਅਤੇ ਹੁਣ ਉਹ ਵਿੱਚ ਬ੍ਰੇਕ ਹੋਈ ਅਤੇ ਬਾਹਰ ਬਾਰਿਸ਼ ਪੈਣੀ ਸ਼ੁਰੂ ਹੋ ਗਈ, ਉਹ ਕਿਤੇ ਬਾਹਰ ਗਿਆ ਉਹ ਪਾਗਲ, ਬਾਹਰੋਂ ਜਾ ਕੇ ਚੰਗੀ ਤਰ੍ਹਾਂ ਚਿੱਕੜ 'ਚ ਪੈਰ ਗੰਦੇ ਕਰਕੇ ਨੇ, ਚਿੱਟੀ ਚਾਦਰ ਤੋਂ ਲੰਘੇ ਮੁਜਰੇ ਵਾਲੇ, ਉਹਨੇ ਕਿਹਾ ਓਏ ਕੀ ਕੀਤਾ ਹੀ, ਕੀ ਕੀਤਾ ਹੀ, ਕਹਿੰਦਾ ਨਹੀਂ ਫਿਲਮ 'ਚ ਕਿਵੇਂ ਪਤਾ ਲੱਗੇਗਾ ਬਾਹਰ ਬਾਰਿਸ਼ ਪੈ ਰਹੀ। ਮੈਂ ਕਬਰਸਤਾਨ ਲੈ ਕੇ, ਉਹਨੇ ਕਿਹਾ ਜੀ ਸਾਰੇ ਉਹ ਮਹਿਮਾਨ ਨੇ ਜਿਹੜੇ ਆਏ ਸੀ, ਜਿਹੜੇ ਕਹਿੰਦੇ ਸੀ ਕਿ ਮੈਂ ਜਾਣਾ, ਤੁਸੀਂ ਕਹਿ ਰਹੇ ਸੀ ਕਿ ਅਸੀਂ ਜਾਣਾ ਦਾਵਤ ਤੇ, ਤੁਸੀਂ ਗਏ ਸੀ, ਉਹ ਨਾਜ਼ਰੀਨ ਨੂੰ ਸੁਣਾਂਗੇ ਗੱਲ। ਅੱਛਾ ਸਰਦਾਰ ਸਾਹਿਬ, ਇਹ ਦੱਸੋ ਕਿ ਅੱਜ ਕੱਲ੍ਹ ਜੋ ਕਾਮੇਡੀ ਹੋ ਰਹੀ ਹੈ, ਹਾਂਜੀ, ਅੱਜ ਕੱਲ੍ਹ ਜੋ ਸੈਟਅਪ ਚੱਲ ਰਿਹਾ, ਜੋ ਟਿਕਟੋਕ 'ਤੇ ਚੱਲ ਰਿਹਾ, ਜੀ ਜੀ, 40 ਸਕਿੰਟ ਦੀ, 50 ਸਕਿੰਟ ਦੀ ਕਿਸੇ ਫਿਲਮ ਦਾ ਡਾਇਲੋਗ ਲਾ ਕੇ ਉੱਤੇ ਮੂੰਹ ਹਿਲਾ ਕੇ ਔਰ ਮਿਲੀਅਨ 'ਚ ਵਿਊਜ਼ ਨੇ ਔਰ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਨੇ, ਯਾਨੀ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਮਤਲਬ ਲਾਈਫ ਦਾ, ਯਾਨੀ ਅਗਰ 4 ਹਿੱਸੇ ਨਾ ਲਾਈਫ ਦੇ, ਅਤੇ ਜਿਨ੍ਹਾਂ ਨੇ 2.5-3 ਹਿੱਸੇ ਸਟਰਗਲ 'ਚ ਅਤੇ ਅੱਗੋਂ 1.5-1.5 ਹਿੱਸਾ 1.5 ਹਿੱਸਾ ਯਾਨੀ ਉਹਨੂੰ ਇੰਜੋਏ ਕੀਤਾ ਜਦੋਂ ਅੱਲਾ ਨੇ ਸੁਣੀ, ਹੁਣ ਬੱਚਾ ਨਿਕਲਦਾ ਬਿਲਕੁਲ ਮੋਬਾਈਲ ਫੜਦਾ ਅਤੇ ਉਹ 2-4-5 ਉਹਦੀ ਇੱਕ ਉਹਦਾ ਸ਼ਾਰਟ ਉਹਦਾ ਵਾਇਰਲ ਹੁੰਦਾ, ਉਹਦਾ ਨਾਂ ਹੋ ਜਾਂਦਾ ਹਰ ਪਾਸੇ। ਮੈਂ ਕਹਿੰਦਾ ਕਿ ਦੇਖੋ ਨਾ ਹੁਣ ਕਿਮ ਦੀਆਂ ਨਿਸ਼ਾਨੀਆਂ ਇਹ ਵੇ ਕਿ ਅਗਰ ਚਾਹਤ ਦੇ ਨਾਲ ਫਤਲੀ ਲੱਗੇਗਾ ਤੇ ਇਹ ਕਿਮ ਦੀ ਨਿਸ਼ਾਨੀ। ਉਸਤਾਦ ਵੀ ਮੇਰੇ ਸ਼ੋਅ ਜੋ ਆਏ ਨੇ ਉਹ ਕਹਿੰਦੇ ਮੈਂ ਸੋਚ ਰਿਹਾ ਕਿ ਮੈਂ ਨਾਲ ਉਸਤਾਦ ਵੀ ਲਾਵਾਂ। ਉਸਤਾਦ ਵੇਖੋ ਨਾ ਜੀ, ਉਸਤਾਦ ਉਹ ਬੜੇ ਅੱਛੇ ਕ੍ਰਿਕਟਰ ਸਨ ਕਿਸੇ ਦੌਰ 'ਚ, ਉਹ ਮੇਰੇ ਖਿਆਲ ਸਾਡੇ ਕੋਲ ਇੰਤਕਾਮ ਲੈ ਰਹੇ, ਕ੍ਰਿਕਟ ਵਾਲਿਆਂ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਅਤੇ ਉਹਨੇ ਕਿਹਾ ਫਿਰ ਇੱਧਰੋਂ ਨਹੀਂ ਤਾਂ ਇੱਧਰੋਂ ਸਹੀ। ਉਹਨੇ ਕਿਹਾ ਮੈਂ ਤਾਂ ਇਸ ਕੌਮ ਨੂੰ ਹੁਣ ਮੈਂ ਦੱਸਦਾ, ਮੈਂ ਦੱਸਾਂਗਾ ਮੈਂ ਆਉਣਾ ਤਾਂ ਅਸੀਂ ਇੱਧਰੋਂ ਆ ਗਿਆ, ਪਰ ਦੇਖੋ ਅੱਲਾ ਇੱਜ਼ਤ ਦੇਣ ਵਾਲਾ
ਠੀਕ ਹੈ ਜੀ, ਇਹ ਅੰਦਾਜ਼ਾ ਤੁਸੀਂ ਲਾਉਣਾ ਕਿ ਉਹਨੂੰ ਇੱਜ਼ਤ ਸਮਝ ਰਹੇ ਨੇ ਕੀ ਸਮਝ ਰਹੇ, ਠੀਕ ਹੈ ਜੀ, ਉਹ ਲੱਗਿਆ ਉਹ ਵੀ ਇੱਟ ਹੋ ਗਏ ਨੇ, ਇਸੇ ਮੀਡੀਆ 'ਤੇ ਇੱਟ ਹੋਏ ਨੇ। ਹੁਣ ਪਤਾ ਨਹੀਂ ਕੌਣ ਕਿਸ ਤਰ੍ਹਾਂ ਕਿੰਨਾ ਕਿੰਨਾ ਮੁੰਡੇ ਕੁੜੀਆਂ ਆ ਗਏ ਨੇ, ਕਿੱਧਰੋਂ ਕਿੱਧਰੋਂ ਆ ਗਏ ਨੇ। ਅੱਛਾ ਟੈਲੈਂਟ ਵੀ ਅੱਛਾ ਹੈ ਵਿੱਚ, ਇਹਦੇ ਨਹੀਂ ਕਿ ਵੀ ਟੈਲੈਂਟ ਬੁਰਾ ਹੈ, ਬੜਾ ਬੜਾ ਅੱਛਾ ਟੈਲੈਂਟ ਵੀ ਹੈ, ਇਹਦੇ ਨਾਲ ਟੈਲੈਂਟ ਵੀ ਮੁਤਾਰਫ ਹੋਇਆ, ਮੁੰਡੇ ਵੀ ਬਹੁਤ ਅੱਛੇ ਅੱਛੇ ਆਏ ਨੇ, ਪਰਫਾਰਮਰ ਬਹੁਤ ਬਹੁਤ ਅੱਛੇ ਆਏ ਨੇ, ਬੜੇ ਬੜੇ ਅੱਛੇ ਆਰਟਿਸਟਾਂ ਵੀ ਆਈਆਂ ਨੇ, ਮਗਰ ਇਹਦਾ ਜ਼ਿਆਦਾ ਮੇਰੇ ਖਿਆਲ ਨੁਕਸਾਨ ਹੋ ਰਿਹਾ ਇਸ ਗੱਲ ਦਾ। ਅਤੇ ਰਹੀ ਸਾਡੇ ਥੀਏਟਰ ਦੀ ਗੱਲ, ਤਾਂ ਥੀਏਟਰ ਵੀ ਹੁਣ ਸਾਡਾ 2020 ਹੈ, ਕਿ ਵੀ ਅੱਗੇ ਸਕ੍ਰਿਪਟ ਲਿਖਿਆ ਜਾਂਦਾ ਸੀ, ਇੱਕ ਰਾਈਟਰ ਹੁੰਦਾ ਸੀ, ਔਰ ਸਾ ਹੋ ਗਿਆ, ਰਾਈਟਰ ਹੀ ਗਾਇਬ ਹੋ ਗਿਆ। ਹੁਣ ਇੰਝ ਹੀ ਆਏ ਅਤੇ ਬੈਠੇ ਤੇ 10 ਮਿੰਟਾਂ 'ਚ ਕਿ ਵੀ ਤੁਸੀਂ ਦਾਨਿਸ਼ ਇਹ ਕਰਨਾ, ਮਿੱਠੇ ਰਿਹਾ ਕਰਨਾ, ਮੈਂ ਇਹ ਕਰਨਾ, ਇਹ ਸ਼ੁਰੂ ਕਰੀਏ ਜੀ, ਕਰੋ ਜੀ, ਬਿਸਮਿਲਾ, ਡਰਾਮਾ ਹੋ ਗਿਆ, ਨਾ ਕੋਈ ਪੁੱਛਣ ਵਾਲਾ, ਕੋਈ ਨਾ ਦੱਸਣ ਵਾਲਾ। ਅਤੇ ਉਹ ਇਸੇ ਤਰ੍ਹਾਂ ਚੱਲ ਰਿਹਾ, ਫੈਮਿਲੀਜ਼ ਬਹੁਤ ਘੱਟ ਗਈਆਂ ਨੇ, ਮਤਲਬ ਹੁਣ ਜ਼ਿਆਦਾ ਬੰਦੇ ਹੀ ਜਾਂਦੇ ਨੇ ਜੀ। ਉਹ ਉਹਦੀ ਵਜ੍ਹਾ ਕਿ ਜਾਨੀ ਸਾਹਿਬ ਦੇਖੋ, ਜਿਹੜਾ ਆਰਟਸ ਕੌਂਸਲ ਸੀ ਸਾਡੀ, ਠੀਕ ਹੈ, ਜਿੱਥੇ ਅਸਲ ਜਗ੍ਹਾ ਸੀ ਥੀਏਟਰ ਦੀ, ਹਾਂਜੀ, ਉਹਦੀ ਅਰਬਾਂ ਰੁਪਿਆਂ ਦੀਆਂ ਬਿਲਡਿੰਗਾਂ ਬਣੀਆਂ ਨੇ ਹਰ ਸ਼ਹਿਰ 'ਚ, ਜਿਵੇਂ ਫੈਸਲਾਬਾਦ 900 ਫਤਿਹ ਅਲੀ ਖਾਨ ਆਡੀਟੋਰੀਅਮ ਬਣਿਆ, ਇਸੇ ਤਰ੍ਹਾਂ ਸਾਹੀਵਾਲ ਵੀ ਆਡੀਟੋਰੀਅਮ ਬਣਿਆ, ਇਸੇ ਤਰ੍ਹਾਂ ਮੁਲਤਾਨ ਬਣਿਆ, ਇਸੇ ਤਰ੍ਹਾਂ ਰਾਵਲ ਪਿੰਡੀ ਬਣਿਆ। ਉਹ ਜਿਹੜੀ ਡਰਾਮੇ ਦੀ ਜਗ੍ਹਾ, ਉੱਥੇ ਡਰਾਮਾ ਨਹੀਂ ਹੋ ਰਿਹਾ, ਡਰਾਮਾ ਹੋ ਰਿਹਾ ਮਤਲਬ ਸਿਨਮੇ ਦੀ ਬਿਲਡਿੰਗ 'ਚ ਆਊਟਸਾਈਡ 'ਤੇ, ਠੀਕ ਹੈ ਜੀ, ਹੋਰ ਜਗ੍ਹਾ 'ਤੇ ਹੋ ਰਿਹਾ। ਹਾਂਜੀ ਹਾਂਜੀ, ਉੱਥੇ ਹੁਣ ਜਿਸ ਤਰ੍ਹਾਂ ਦਾ ਕੋਈ ਲੋਕ ਆਣਗੇ, ਉੱਥੇ ਕੋਈ ਉਸ ਤਰ੍ਹਾਂ ਦਾ ਹੀ ਡਰਾਮਾ ਹੋਏਗਾ। ਜ਼ਾਹਰੀ ਗੱਲ ਹੈ, ਜਿੱਥੇ ਤੁਸੀਂ ਕਹਿ ਰਹੇ ਹੋ ਉੱਥੇ ਡਰਾਮਾ ਕਰਾਂਗੇ ਨਾ, ਅਤੇ ਉੱਥੇ ਦੀ ਫਿਰ ਟਰਮਸ ਕੰਡੀਸ਼ਨ ਪੂਰੀ ਆ। ਮੈਂ ਕਹਿੰਦਾ ਉੱਥੇ ਵੀ ਇੱਥੇ ਇਹ ਨਹੀਂ ਕਰਨਾ, ਉੱਥੇ ਚੈੱਕ ਐਂਡ ਬੈਲੈਂਸ ਹੁੰਦਾ ਜੀ, ਹੋਏਗਾ, ਉਹ ਸਾਨੂੰ ਪ੍ਰੋਬਲਮ ਹੋਣੀ, ਉਹਦੀ ਸਾਨੂੰ ਪ੍ਰੋਬਲਮ ਨਹੀਂ ਹੋਣੀ। ਮੇਰਾ ਖਿਆਲ ਕਿ ਹੁਣ ਇਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ, ਕਿਉਂਕਿ ਉਹ ਵਿੱਚ ਫੰਕਸ਼ਨ ਹੁੰਦੇ ਰਹਿੰਦੇ ਨੇ, 4-5 ਵਜੇ ਉਹਨਾਂ ਨੇ ਆਫਿਸ ਬੰਦ ਕੀਤਾ, ਚਲੇ ਗਏ ਨੇ। ਹੁਣ ਰਾਤ ਨੂੰ 1 ਵਜੇ ਤੱਕ ਸਾਡੇ ਨਾਲ ਜਾਗਣ, 2 ਵਜੇ ਤੱਕ ਜਾਗਣ, ਕਿਉਂ ਜਾਗਣ, ਠੀਕ ਹੈ ਜੀ, ਉਹ ਵੀ ਇੱਕ ਆਸਾਨੀ। ਵਾਹਲੇਕੁਮ ਸਲਾਮ ਭਾਜੀ, ਚਾਹ ਲੈ ਲਓ। ਅਸਲਾਮ ਵਾਲੇਕੁਮ ਜੀ। ਉਹ ਤੇਰੀ ਦੁਕਾਨ ਤੇ ਕੋਈ ਰਸ ਰੁਸ ਨਹੀਂ ਹੈਗੇ? ਬਜ਼ੁਰਗ ਆਏ, ਕੋਈ ਰਸ ਰੁਸ ਵੀ ਦੇ ਨਾਲ? ਕਿੰਨੇ ਕੁ ਬਜ਼ੁਰਗ ਆ? ਤੈਨੂੰ ਕੀ ਤਕਲੀਫ ਆ? ਕਦੀ 150 ਸਾਲ ਦਾ, ਕਦੀ ਬਜ਼ੁਰਗ ਆਏ, ਮਤਲਬ ਤੂੰ ਕੀ ਚਾਹ ਰਿਹਾ? ਮੈਂ ਚਾਹ ਰਿਹਾ ਸਰਦਾਰ ਸਾਹਿਬ ਘਰ ਬਹਿ ਕੇ ਰੈਸਟ ਕਰਨ, ਨਿੱਕੀ ਜੀ ਲੇਲੀ ਰੱਖ ਕੇ ਸਿਰ ਉੱਤੇ ਰੋ ਪਾਇਆ ਕਰਨ, ਕਾਲਾ ਪੱਟੇ ਬਸ ਸਾਰਾ ਦਿਨ ਗੱਲਾਂ ਕਰਨਾ, ਦੁੱਖ ਸੁੱਖ ਬੋਲਣਾ, ਕਿਆ ਦੇਖ ਲੈਣ ਮੁੰਡੇ ਮੇਰੀ ਗੱਲ ਨੀ ਸੁਣਦੇ ਹੈ ਯਾਰ, ਅੱਜ ਵੀ ਸਾਡੇ ਤੋਂ ਜ਼ਿਆਦਾ ਫਿੱਟ ਨੇ, ਤੂੰ ਕਹੀ ਜਾ ਰਿਹਾ ਬਜ਼ੁਰਗ? ਨਹੀਂ ਨਹੀਂ, ਸਰਦਾਰ ਸਾਹਿਬ ਵਰਗੇ ਬਜ਼ੁਰਗ ਵਿਹੜੇ 'ਚ ਬਹਿ ਕੇ ਬਿੱਲੀ ਨੂੰ ਕਹਿ ਜਾਣਗੇ 60 ਨਾਲ ਲਵਾ ਲਈ, ਬਸ ਇੰਨੀ ਗੱਲ ਹੈ। ਮੁੜ ਕੇ ਬੱਚੇ, ਤੂੰ ਪੁੱਤਰ ਮੈਨੂੰ ਬੜਾ ਵੱਡਾ ਝੂਠ ਬੋਲਿਆ, ਤੂੰ ਉੱਥੇ ਫੈਸਲਾਬਾਦ ਮੈਨੂੰ ਮਿਲਿਆ ਸਰ, ਤੂੰ ਮੈਨੂੰ ਕਹੇ ਮੈਂ ਚੈਨਲ 'ਚ ਪੱਤੀ ਪਾਈ, ਤੂੰ ਉੱਥੇ ਚਾਹ 'ਚ ਪੱਤੀ ਪਾਉਣ ਲਈ। ਇਹ ਸਰਦਾਰ ਸਾਹਿਬ, ਮੈਂ ਤੁਹਾਡਾ ਬੜਾ ਵੱਡਾ ਫੈਨ ਹਾਂ, ਮੈਂ ਤੁਹਾਡੀਆਂ ਬੜੀਆਂ ਫਿਲਮਾਂ, ਬੜੇ ਡਰਾਮੇ ਦੇਖੇ। ਭਾਜੀ, ਮੇਰੇ ਵਾਲਦ ਸਾਹਿਬ ਨੇ ਕਿਹਾ ਮੈਨੂੰ ਕਿ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਦਾ ਮੈਂ ਸਰਦਾਰ ਸਾਹਿਬ ਨੂੰ ਦੇਖ ਰਿਹਾ। ਇਹ ਤੇਰੇ ਵਾਲਦ ਸਾਹਿਬ ਨੇ ਕਿਹਾ? ਮੇਰੇ ਵਾਲਦ ਸਾਹਿਬ ਨਹੀਂ ਨਹੀਂ, ਤੇਰੇ ਵਾਲਦ ਸਾਹਿਬ ਛੋਟੇ ਜਿਹੇ ਹੁੰਦੇ ਸੀ ਉਦੋਂ? ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਨਾ, ਮੇਰੇ ਖਿਆਲ ਉਹਨੂੰ ਅੱਗੇ ਉਹਦੇ ਦਾਦੇ ਨੇ ਕਿਹਾ ਹੋਣਾ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ। ਨਹੀਂ ਨਹੀਂ, ਇਹ ਮੇਰੇ ਤੇਰੇ ਵਾਲਦ ਸਾਹਿਬ ਨੇ ਤੈਨੂੰ ਕਿਹਾ ਹੋਣਾ ਕਿ ਮੈਂ ਆਪਣੇ ਪਿਓ ਕੋ ਸੁਣਿਆ, ਹਾਂ, ਕਿ ਮੈਂ ਛੋਟਾ ਜਿਹਾ ਸਾਂ। ਪਿਓ ਕੋ ਨਹੀਂ, ਕੋਈ 7ਵੀਂ ਨਸਲ ਕੋ ਉਹਨਾਂ ਨੇ ਸੁਣਿਆ ਹੋਣਾ। ਆਹ ਕਿਸੇ 7ਵੀਂ ਨਸਲ ਦੇ ਆ? ਆਹੋ, ਇਹ ਭਾਈ ਜਾਨ, ਮੇਰੇ ਵਾਲਦ ਸਾਹਿਬ ਨੇ ਮੈਨੂੰ ਦੱਸਿਆ ਕਿ ਮੈਂ ਬਿਲਕੁਲ ਛੋਟਾ ਜਿਹਾ ਸੀਗਾ, ਕੋਈ ਕੱਚੀ ਪੱਕੀ 'ਚ ਪੜ੍ਹਦਾ ਸੀ, ਜਦੋਂ ਦਾ ਮੈਂ ਸਰਦਾਰ ਸਾਹਿਬ ਦੀਆਂ ਫਿਲਮਾਂ ਦੇਖਣ ਦਿਆਂ, ਤੇ ਤੈਨੂੰ ਬੜਾ ਸ਼ੌਕ ਆ ਇੱਧਰ ਫਿਲਮਾਂ ਡਰਾਮੇ ਬਣਾਉਣ ਦਾ, ਕਰਨ ਦਾ, ਤੇ ਤੂੰ ਉਹਨਾਂ ਨਾਲ ਜਾ ਕੇ ਗੱਲ ਕਰ। ਸਰਦਾਰ ਸਾਹਿਬ, ਇੱਕ ਛੋਟੀ ਜਿਹੀ ਰਿਕੁਐਸਟ ਆ ਜੀ, ਇਹ ਮੈਂ ਜੀ ਡਾਇਰੈਕਟਰ ਬਣਨਾ ਚਾਹੁੰਦਾ, ਮੈਂ ਐਕਟਰ ਨਹੀਂ ਬਣਨਾ ਚਾਹੁੰਦਾ, ਜਿਹੜੇ ਨਵੇਂ ਅੱਜ ਕੱਲ੍ਹ ਮੁੰਡੇ ਫਿਲਮਾਂ ਕਰ ਲਈਆਂ, ਡਰਾਮੇ ਕਰ ਲਏ ਜਾਂ ਟਿਕਟੋਕ 'ਤੇ ਆ ਗਏ, ਉਹ ਨਹੀਂ, ਮੈਂ ਚਾਹੁੰਦਾ ਕਿ ਮੇਰੀ ਸਰਦਾਰੀ ਹੋਵੇ ਇਹਨਾਂ ਦੇ ਉੱਤੇ। ਵਾਹ ਵਾਹ, ਮੈਂ ਇਹਨਾਂ ਦਾ ਉੱਤੇ ਮੇਨ ਹੋਵਾਂ, ਇਹਨਾਂ ਨੂੰ ਝਾੜਾ ਪਾਵਾਂ। ਕਿਉਂ ਜੀ? ਠੀਕ ਹੈ ਭਾਈ, ਓਹ ਹੋ, ਮੇਰੀ ਵੀ ਪੁੱਤਰ ਤੈਨੂੰ ਦੁਆ ਹੈਗੀ, ਵੇਖੋ ਜਿਵੇਂ ਉੱਥੇ ਕੀ ਉਹਦਾ ਨਾਮ ਮੁੰਡੇ ਦਾ, ਸੰਜੇ ਲੀਲਾ ਬੰਸਾਲੀ, ਸੰਜੇ ਲੀਲਾ ਬਾਂਸਰੀ, ਬੰਸਾਲੀ ਨਾ, ਬੰਸਾਲੀ, ਅਸੀਂ ਵੀ ਤੇਰਾ ਨਾਂ ਰੱਖਣਾ ਇੱਥੇ ਸੰਜੇ ਲੀਲਾ ਟਕਸਾਲੀ। ਆਹ
ਇਹਦਾ ਨਾਂ ਰੱਖਾਂਗੇ ਸੰਜੇ ਲੀਲਾ ਅੰਸਾਰੀ। ਉਹ ਤੂੰ ਡਾਇਰੈਕਟਰ ਬਣਨਾ ਵਾ? ਡਾਇਰੈਕਟਰ ਬਣਨਾ ਚਾਹੁੰਦਾ, ਵੱਡੀਆਂ ਫਿਲਮਾਂ ਕਰਨਾ ਚਾਹੁੰਦਾ। ਅੱਛਾ ਮੈਂ ਸਮਝ ਗਿਆ, ਮੈਂ 8 ਘੰਟੇ ਦੀ ਫਿਲਮ ਕਰਨਾ ਚਾਹੁੰਦਾ। ਸਰਦਾਰ ਸਾਹਿਬ ਮੈਂ ਟਾਈਟੈਨਿਕ ਤੂੰ ਬਣਾਉਣਾ ਚਾਹੁੰਦਾ ਵਾਂ। ਮੈਂ ਚਾਹੁੰਦਾ ਵਾਂ ਮੇਰੇ ਥੱਲੇ ਇੰਗਲਿਸ਼ ਫਿਲਮਾਂ ਦੇ ਐਕਟਰ ਹੋਣ, ਪਾਕਿਸਤਾਨੀ ਐਕਟਰ ਨੂੰ ਮਿਲਾ ਕੇ ਮੈਂ ਇਹਨਾਂ ਦੀਆਂ ਡਬਲ ਡਬਲ ਐਂਟਰੀਆਂ ਕਰਾਵਾਂ ਵੀ ਦੁਬਾਰਾ ਸਹੀ। ਓਕੇ, ਮੈਂ ਇਹਦੀ ਪ੍ਰੋਬਲਮ ਸਮਝ ਗਿਆ। ਸਰਦਾਰ ਸਾਹਿਬ ਇਹ ਬੱਚੇ ਨੂੰ ਸਰਦਾਰੀ ਦਾ ਸ਼ੌਕ ਆ। ਅੱਛਾ, ਇਹ ਡਾਇਰੈਕਸ਼ਨ ਦੇ ਵਿੱਚ ਇਹ ਆ ਕਿ ਵੀ ਮੈਂ ਇੱਕ ਐਕਟਰ ਬਣ ਜਾਵਾਂ ਤੇ ਉਹ ਇੱਕ ਐਕਟਰ ਹੀ ਹੈ ਨਾ ਇਕੱਲਾ, ਡਾਇਰੈਕਟਰ ਆ ਕੇ ਝਾੜ ਦੂਗਾ। ਮੈਂ ਡਾਇਰੈਕਟਰ ਬਣਾ, 10-12-15 ਜਿਹੜੇ ਮੇਰੇ ਥੱਲੇ ਇਹ ਹੀ ਜਾ ਰਹੇ ਆ। ਮੈਂ ਚਾਹ ਰਿਹਾ ਕਿ ਮੈਂ ਭਾਜੀ ਐਕਟਰਾਂ ਦੀ ਬਲਦੀਅਤ ਹੀ ਬਣਿਆ ਹੋਵਾਂ। ਬਈ ਸਾਰੇ ਐਕਟਰ ਤੇਰੇ ਥੱਲੇ ਕੰਮ ਕਰਨ। ਹਾਂਜੀ, ਐਕਟਰਾਂ ਦੀ ਬਲਦੀਅਤ। ਤੂੰ ਇਸ ਤਰ੍ਹਾਂ ਕਰ, ਸਟੂਡੀਓ ਦੇ ਉੱਤੇ ਬੈਠਕ ਕਰਾਏ ਤੇ ਲੈ ਲੈ, ਥੱਲੇ ਜਿਹੜਾ ਕੰਮ ਹੋ ਰਿਹਾ ਤੇਰੇ ਥੱਲੇ ਕਰ ਰਹੇ ਨੇ।